ਉੱਤੇ ਰੱਖ ਕੇ ਮੋੜ ਲਾ ਯਾਰ, ਉਹਦੇ ਲਿਆ ਕੇ ਸਿੱਟਤੀ ਵਿੱਚ ਖਾਲੇ ਦੇ। ਖਲੋ ਜਾ, ਸਬਰ ਕਰ ਲਾ, ਚੱਲ ਛੇਕ ਅੱਗੇ ਤੂੰ ਪੂਰਾ ਚੰਗੀ ਉੱਤੇ ਰੱਖ ਮੋੜੀ ਆ। ਅਸਲਾਮ ਅਲੈਕੁਮ, ਕੀ ਹਾਲ ਚਾਲ ਆ ਜੀ ਤੁਹਾਡਾ? ਉਮੀਦ ਕਰਦਾ ਸਾਰੇ ਠੀਕ ਠਾਕ ਹੋ ਗਏ। ਅੱਲਾਹ ਤਾਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ। ਅਸੀਂ ਆਏ ਹੋਏ ਅੱਜ ਮੁਰੱਬੇ, ਇੱਥੇ ਬਣਨੀ ਹੈ ਪੁੜੀ। ਅਦਰੀਸ ਵੀ ਪਿਆ ਵੈਸੇ ਇੰਤਜ਼ਾਰ 'ਚ, ਅਦਰੀਸ ਦੱਬੂ ਵੀ ਆਉਂਦਾ ਪਿਆ ਪਿੱਛੇ, ਬਲਕਿ ਪੂੜੀ ਬਣ ਗਈ ਹੋਈ ਆ ਅਤੇ ਉਹਦਾ ਨਾ ਨੱਕਾ ਛੱਕਾ ਲਾਉਣਾ ਵਾ। ਅਦਰੀਸ ਦੱਬੂ ਆਉਂਦਾ ਪਿਆ ਅਤੇ ਉੱਧਰੋਂ ਬਿਲਾਲ ਵੀ ਆਇਆ ਹੋਇਆ ਮੁਰੱਬੇ, ਅਤੇ ਇੱਥੇ ਨੱਕਾ ਛੱਕਾ ਲਾਵਾਂਗੇ, ਤੁਹਾਨੂੰ ਦਿਖਾਉਂਦੇ ਹਾਂ ਸਾਰਾ। ਹੋਰ ਵੀ ਜਿਹੜੇ ਜਿਹੜੇ ਕੰਮ ਦਿਨੇ ਹੋਣਗੇ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਸਾਰਾ ਦਿਖਾਵਾਂਗੇ ਵਲਾਗ ਆਪਣਾ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ, ਤਾਂ ਜੋ ਸਾਡੇ ਨਾਲ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲਾਗ ਕਿੱਦਾਂ ਦਾ ਲੱਗਿਆ। ਅਦਰੀਸ, ਕਿੰਨਾ ਕਿਰਾਇਆ ਗਿਆ ਮੋਬਾਈਲ ਦੀ ਬੈਟਰੀ? ਅਜੇ 100% ਆ। ਕੀ ਲਾਇਆ, ਫਿਲਮ ਲਾਈ ਆ ਜਾਂ ਗੇਮ? ਕਿਹੜੀ? ਫਰੀ ਫਾਇਰ। ਫਰੀ ਫਾਇਰ ਪਬਜੀ ਖੇਡਿਆ ਕਰਾ ਲਾ ਬੰਦਾ। ਇੱਟਾਂ ਬਣੀਆਂ ਪਈਆਂ, ਅੱਗੇ ਜ਼ਮਾਨ ਨੂੰ ਚੁੱਕ ਕੇ ਲਈ ਜਾਂਦੇ ਸੀ ਘਰ ਕਦੋਂ ਸਵੇਰੇ, ਉੱਥੇ ਕੱਢ ਕੱਢ ਰੱਖੀਆਂ ਨੇ। ਤਸਲਾ ਫੜ ਲਾ। ਹੈਲੋ, ਕੰਮ ਕਰਦਾ ਪਿਆ ਉਹ ਅਗਲਾ ਯਾਰ, ਦੇ ਦੇ ਤਸਲਾ, ਤੂੰ ਕਈ ਨਾਲ ਹੀ ਕਰਨ ਆ। ਲੈ ਜੀ ਤਸਲਾ ਯਾਰ ਤੂੰ, ਅਸੀਂ ਇੱਥੇ ਹੀ ਆ, ਅਸੀਂ ਛੱਡ ਜਾਣਾ ਇੱਥੋਂ। ਕੌਣ ਤਸਲੇ ਵਾਲਾ? ਉਹ ਪੁਲੀ ਵਾਲਿਆਂ ਦਾ ਵਾ। ਚੁੱਕ ਲਾ ਤਸਲਾ, ਉਹ ਜਦੋਂ ਲਿਜਾਣ ਲੱਗ ਜਾਏਗਾ ਤੂੰ ਵੀ ਹਿੱਲ। ਉਹ ਲਿਆ ਕੇ ਆਪ ਦੋਗਾ, ਫੇਰ ਫੇਰ ਲਊਗਾ, ਇਦਾਂ ਨਹੀਂ ਲੈਣਾ ਹੈਗਾ। ਚੱਲ ਜਾ ਕੇ ਕੰਮ ਦਾ ਤਾਂ ਕਿੱਦਾਂ ਲੱਗ ਰਿਹਾ, ਝੂਠ ਹੋ ਹੀ ਜਾਵੇ। ਉਹ ਕਹਿੰਦਾ ਮੈਂ ਤਸਲਾ ਲੈ ਕੇ ਜਾਣਾ, ਇਹਦਾ ਰੂਹ ਆ ਤਾਂ ਇਹ ਰਲਾਉਣ ਵਾਲਾ ਯਾਰ, ਹਜੇ ਆਪੇ ਬਹਿ ਕੇ ਰਲਾ ਦੇਗਾ ਉੱਥੇ। ਮੈਂ ਰਲਾ ਲੂੰਗਾ, ਤੂੰ ਜਿਹੜਾ ਰਲਾਉਣਾ ਨਾ। ਤੂੰ ਜਾ ਇੱਟਾਂ ਚੁੱਕ ਲਿਆ ਤੂੰ, ਦੂਰ ਉਸਤਾਦ ਤੂੰ ਬੁਲਾ। ਅਦਰੀਸ ਉੱਠ ਜਾ, ਇੱਟਾਂ ਲਿਆ ਤੇ ਗਿੱਲੀਆਂ ਚੁੱਕੇ ਸੋ ਆ ਪਈਆਂ ਨਾਲ। ਅੱਜ ਜ਼ਮਾਨ ਹਿੱਲ ਜਾ ਯਾਰ, ਤੂੰ ਵੀ ਤੂੰ ਕਰਦਾ ਹੀ ਪਿਆ ਕੰਮ ਕਿਹੜਾ ਖੜਾ ਵਾ, ਤੂੰ ਛੱਡ ਦੇ ਉਹਨੂੰ, ਅੱਗ ਲਾ ਪਰਿਆ ਇੱਟਾਂ ਦੇ। ਚੱਬਾ ਲੈ ਓਕਾ, ਤੂੰ ਤਾਂ ਮੋਟ ਬਣਾ ਲਾ ਉਸਤਾ ਜੀ, ਪਹਿਲੇ ਉਹਨਾਂ ਦੇ ਪਾਓ ਤਲਵੀਆਂ ਦੇ, ਸ਼ੋਰਾ ਬਣ ਗਿਆ। ਜਿਹੜੀ ਪਰਲੀ ਕੰਧ ਢਾਈ ਉਹਨਾਂ ਨੇ, ਬਸ ਉੱਥੋਂ ਬੰਦ ਕਰਤਾ ਇੱਦਾਂ ਹੀ ਬਸ, ਠੀਕ ਹੈਂ ਰੋੜ ਦੇਵਾਂ ਉਹ ਨਾ ਕਿਹੜੀ ਉਹ ਢਾਈਏ ਕੰਧ ਕਰਨੀ ਨਹੀਂ ਸੀ ਮੁੜ ਬੰਦ ਕਰ ਦੇਣੀ, ਨਹੀਂ ਬਸ ਠੀਕ ਹੈ ਸੁਜੂ ਹੋ ਕੇ ਬਣ ਗਈ। ਅੱਛਾ, ਤੇਰੀ ਜਾ ਹੋਰ ਵੱਧ ਗਈ, ਟੈਨਸ਼ਨ ਨਾ ਲਿਓ। ਅੱਛਾ, ਪਾਣੀ ਕੋ ਪਾਓ ਕੋਈ, ਅੰਦਰ ਲੋਟਾ ਵੀ ਪਿਆ, ਇੱਕ ਪਾਣੀ ਦਾ ਭਰ ਕੇ ਸਾਨੂੰ ਦੇ ਦਿਓ। ਇੱਕ ਪੀਟੀ ਵਰਕਰ ਚੁੱਕ ਲਿਆ ਥੋ ਓਏ। ਹਾਂ ਸਮਾਨ ਪੰਜ ਸੱਤ ਰੋੜੀ ਚ ਆਈ ਜਾਣੇ। ਖੈਰ ਆ ਯਾਰ, ਇੱਥੇ ਲੱਗ ਫਰਜ ਹੋ ਜਾਏਗਾ ਸੀਮਟ ਬਣਦੀ ਵੀ ਤੇਰੀ ਵੀਡੀਓ ਕਿਹੜੀ ਸੁਰੰਗ ਦਾ ਨਾਂ ਦੇ ਸੁਣੀ ਚੰਗੀ ਖੁੱਲੀ ਬੋਲੀ ਦੇ ਵਿੱਚ ਹਨਾ ਪਾਣੀ ਚੰਗਾ ਆਇਆ, ਖੈਰ ਪਾਣੀ ਭੱਜਿਆ ਆਉਣਾ ਇੱਥੋਂ। ਨੱਕਾ ਹਜੇ ਲਾਉਂਦੇ ਪਏ ਸੀ ਅਤੇ ਲੋਟਰ ਵਾਲੇ ਦਾ ਫੋਨ ਆ ਗਿਆ ਵੀ ਸੈਰਜ ਲੈ ਕੇ ਨਾ ਮੈਂ ਆਉਂਦਾ ਪਿਆ, ਤੂੰ ਆ ਜਾ ਤੂੰ, ਅਤੇ ਮੈਂ ਆ ਗਿਆ ਹੁਣ ਘਰ ਪਹੁੰਚਣ ਵਾਲਾ ਹੀ ਬਸ। ਉਹ ਵੀ ਸੁਬਹਾ ਮੈਂ ਘਰੋਂ ਗਿਆ ਤਾਂ ਲਾਈਟ ਉਦੋਂ ਵੀ ਗਈ ਹੋਈ ਸੀਗੀ, ਅਤੇ ਹੁਣ ਵਾਪਸ ਆਇਆ ਤਾਂ ਲਾਈਟ ਹਜੇ ਤੱਕ ਪਤਾ ਨਹੀਂ ਆਈ ਨਹੀਂ ਗਈ ਜਾਂ ਫਿਰ ਦੁਬਾਰਾ ਆ ਕੇ ਫਿਰ ਚਲੀ ਗਈ। ਫੇਰ ਕਿਲਾ ਤੇ ਫੇਰ ਕਿੱਧਰ ਨੂੰ? ਬਸ ਆ ਲੈ ਖੁੱਬ ਗਈ।
ਉਹ ਬਾਹਰ ਖਲਾਰਨਾ ਆਉਂਦਾ ਪਿਆ ਮੈਂ ਹੋ ਗਿਆ ਹਰ ਕੁੜੀ ਥੋੜੀ ਗੁਣੀ ਹੈ ਵੀ ਥੋੜੀ ਗੁਣੀ ਵੀ ਤਾਂ ਬਹੁਤ ਜ਼ਿਆਦਾ ਪਿਆ ਮੈਂ ਕਹਿੰਦਾ ਮੈਂ ਕਮਾ ਆਇਆ ਸੀ ਦੇਖ ਬੋਲਦੇ ਬੋਲਦੇ ਵੀ ਦੇ ਮਾਰੀ ਆ ਜੀ ਦੇ ਮਾਰੀ ਚੱਲ ਜਾਣੇ ਹੁੰਦੇ ਹੈ ਹੁਣ ਜਾ ਜੀ ਦਵਾਰ ਜੀ ਚੱਲ ਕਰ बिजली तो होंगी कोनी मीटर बल्कि पटवा को नहीं लिया फटी बंद आना पक्की ਵਿੱਚ ਗਈ ਸਾਰੀ ਫੱਟੀ ਜੈ ਕਰ ਲਈ ਇਹ ਸਾਰੀ ਫੱਟੀ ਵਿੱਚ ਗਈ ਹੈ ਫੇਰ ਤੇ ਭਾਈ ਉਹ ਕਰਨ ਚਲੋ ਨਾਲ ਥੋੜਾ ਜਿਹਾ ਯਾ ਨੰਬਰ ਮੈਂ ਦੇ ਗਈ ਜਾਂ ਕਾਲ ਮੈਂ ਨੰਬਰ ਲਿਖਿਆ ਹੈ ਬਾਅਦ ਦੇਣਾ ਚਲ ਜੀ ਫੱਟੀ ਆ ਤੇਤੀ ਵਾਲਾ ਜੈਸੇ ਹੈ ਠੀਕ ਹੈ ਠੀਕ ਹੈ ਕੋਈ ਖਾਂਦੇ ਵੇ ਜਦੋਂ ਮੈਂ ਗਿਆ ਫਿਰ ਵਾਪਸ ਇੱਕ ਤਾ ਗਿਆ ਸੀ ਨਾ ਪੱਕੀ ਤੇ ਉਹ ਚੋ ਹੋਰ ਮੇਰੇ ਨਾਲ थले कली विछा के लोडर तो सारा सैरज ला लिया सी इत तकरीबन है भी मण इन चंगी तरह प्रेस करेंगे लताड़ेंगे तो इस तरह लताड़ के उत्तों कली फोल्ड कर देंगे तो आज उन्होंने हवा ना लगे फिर 10 to 15 दिन वास्ते महफूज हो जाएगा। लो जी एक होर नुकसान हो गया बिजली सी बहुत घट जिस वजह तो मोटर सड़ गई है धुआं निकलन दिया किस तरह का गर्म बहुत ज़्यादा हुई खड़ी हाथ नहीं लगता पे इन अच्छा सुबह ना साड़ी मोटर तो निकल गया इस धुआं पता नहीं सड़ गई या बच गई चला के कौन देखेगी दोबारा चला के देखते हैं अगर चल गई तो टेस्टर चेक करांगे भी करंट शरंट तो नहीं आता पानी में जुआ पड़ के दबा भी असी की भी साड़ी मोटर जड़ी ना बच गई हो नहीं तो 3-4 हज़ार रुपया खर्चा पै जाना भी फ्री का धुआं मोटर का की धुआं साड़ा निकल जाना जो सड़ गई हुई तो वैसे गर्म बहुत हुई हुई सी हाथ भी नहीं लगता सगा तो धुआं भी काफ़ी देर निकलता रहा बच्चों बाकी चला के चेक करते हैं ब्रेकर पिछे लगे हुआ से ब्रेकर ट्रिप नहीं किया है पिछे लगे हुआ अर्थ ब्रेकर जो शार्ट वगैरह लगेगी तो बंद हो जाएगा तो दूसरा शार्ट सर्कट ब्रेकर वो लिया के रखे है पर लाया कौन ही वो अपनी मेरी कमजोरी जी वजह तो ना अज मसला बनया है जो शार्ट सर्कट ब्रेकर लगे होंगे ना शायद वो बंद हो ही जाता चलते हैं देखते हैं चला के तो नाल चेक करते हैं अगर चल गई तो दुआ यही है भी चल जाए चलिए हादी असी ना ये पिछ हूँ खोल दिता वा जिस टाइम बिजली होंगी ना घट तो चलती कौन अपने आप फिर ना बंदा हाथ मार दिता या फिर पैर वगैरह मारना चला लेंदा सुबह बिजली सी बहुत घट हूँ बिजली है ठीक हूँ चला के चेक करते हैं की करती है शुक्र आ बच गई है शार्ट भी कौन है मोटर तो जा पानी भी चुक लिया ने बैरंग ये थोड़ी आवाज़ देंगे बैरंग चेंज करावे ये गर्म इन्नी ज़्यादा हुई है ना तो बैरंग जोड़े ना आवाज़ देने शुरू कर गए वो ये बहुत ज़्यादा गर्म से हाथ नहीं लगता वैसे बिल्कुल ये साडा अज का व्लॉग तुहानू कि लग्या कमेंट में जरूर दस्यो दुआवां याद रखियो अल्लाह हाफिज़।